ਬਸ਼ੀਰ ਵਾਲਾ ਰੱਖੋ ਜ਼ਰੂਰ ਖਿੱਚ ਕੇ ਕੰਮ ਬਾਈ। ਸਟਾਰਟ ਹੋ ਗਈ ਪਹਿਲੀ ਸਰਵਿਸ ਬਾਬਲ ਦਾਣੇ ਦੀ ਟੀਮ ਦੀ ਮੈਂ ਦਿੱਤਾ ਤੇ 1100 ਦੇ ਵੱਡੇ ਜਿਹੜੇ ਨਾਲ ਸਨਮਾਨ ਕੀਤੇ ਜਾਣਗੇ ਮੇਰੇ ਮਿੱਤਰ ਪਹਿਲਾਂ ਕਦੇ ਸਨਮਾਨ ਵੀ ਕੀਤੇ ਜਾ ਰਹੇ ਆ। ਸਾਈਕਲ ਜਿਹੜੀ ਜਿੱਤੀਆਂ ਰਹਿਣਗੀਆਂ ਸੀਨੀਅਰ ਨੂੰ ਮੇਰੇ ਵੀਰੇ ਰੇਂਜਰ ਸਾਈਕਲ ਮਾਨ ਸਨਮਾਨ ਫੜਨਗੇ। ਯੂਪੀ ਨਹੀਂ ਆਈ ਤਜਿੰਦਰ ਬਰਾੜ ਕਨੋਈ ਵਾਲੀਬਾਲ ਸ਼ੂਟਿੰਗ ਹਰਿਆਣਾ ਠੀਕ ਹੈ ਬਾਈ ਕਿਹੜਾ ਪਿੰਡੋ ਹੈ ਤੇਰਾ ਪਿੰਡ ਸੁਣ ਨੀ ਬਾਈ ਇੰਨੀ ਲੇਟ ਕਿਵੇਂ ਹੋ ਗਏ ਲਵੀ ਦਵੇਦਾ ਤੇ ਏਪੀ ਮਟਾਰ ਇਹ ਦੋਵੇਂ ਟੀਮਾਂ ਦਾ ਜਿਹੜੀ 3 ਨੰਬਰ ਗਰਾਊਂਡ ਤੇ ਆਈ ਏਪੀ ਮਟਾਰ ਤੇ ਦਵੇਦੇ ਦੀਆਂ ਟੀਮਾਂ ਲਵੀ ਇਹ ਟੀਮਾਂ ਬਾਈ ਜੀ 3 ਨੰਬਰ ਗਰਾਊਂਡ ਤੇ ਆਈ ਏਪੀ ਮਟਾਰ ਤੇ ਦਵੇਦਾ ਇੱਕ ਮਿੰਟ ਦਾ ਬਾਈ ਸਾਹਿਬ ਟੀਮਾਂ ਦੇ ਏਪੀ ਮਟਾਰ ਔਰ ਦਵੇਦੇ ਦੀ ਟੀਮ ਬਾਈ ਸਾਹਿਬ 3 ਨੰਬਰ ਗਰਾਊਂਡ ਤੇ ਪਹੁੰਚੇ ਰਸਤੇ ਮੇ ਬਾਤ ਕਰਕੇ ਹਮ ਯਹਾਂ ਪੜਾ ਲਿਖਾ ਪੜਾ ਦਾ ਮਟੌਰ ਰਾਜਕੁਮਾਰ ਰਿੱਕੀ ਸਿੰਘ ਹਾਂਜੀ ਹਾਂਜੀ ਮਰਦ ਜਿਹੜੀ ਆਈ ਹੈ ਬਈ ਸੋਨੀ ਬੋਪਰਾਏ ਬਾਈ ਸਾਹਮਣੇ ਕਹਿੰਦੇ ਗੱਲਾਂ ਬਾਤਾਂ ਟਿਕਾਣੇ ਤਿੰਨੇ ਗਰਾਊਂਡਾਂ ਤੇ ਇੱਧਰ ਕਹਿੰਦੇ ਪਥਰੇੜੀ ਵਾਲਾ ਅੰਕਿਤ ਖੇਡਦਾ ਦਿੱਲੀ ਇਲਾਕੇ ਦਾ ਮੁੰਡੇ ਨੂੰ ਕਹਿੰਦੇ ਬੱਬਰ ਸ਼ੇਰ ਕਿਹਾ ਜਾਂਦਾ ਗਲਤੀ ਵੱਡੀ ਹੋ ਗਈ ਖੇਡ ਦੇ ਮੈਦਾਨ ਦੇ ਵਿੱਚ ਤੇ ਬਾਬੇ ਕਹਿੰਦੇ ਲੁਧਿਆਣੇ ਦੀ ਵਿਕਰਮ ਬਾਈ ਸ਼ੇਰ ਕਰੀ ਚੱਲੋ ਇੱਕ ਵੱਡੀ ਟੀਮ ਬਣਦੀ ਹੈ ਜਦੋਂ ਜਦੋਂ ਮੁੰਡੇ ਖੇਡਣ ਆਉਂਦੇ ਆ ਵਾਹ ਜੀ ਵਾਹ ਆਊਟ ਬਾਲ ਜੱਸਾ ਨਹੀਂ ਆਇਆ ਢਿੱਲੋਂ ਬਾਈ ਹਾਂ ਹਾਂ ਲੱਗਦਾ ਤੂੰ ਰੈਸਟ ਕਰ ਲਿਆ ਕਰ ਹੋਰਾਂ ਨੂੰ ਵੀ ਦੇ ਦਿਆ ਕਰ ਸਹੀ ਬਾਤ ਹੈ ਮਨੀਸ਼ ਇਕੱਲੇ ਇਕੱਲੇ ਕਰੀ ਜਾਂਦਾ
ਪਿਆ ਪਊਗਾ ਪੂਰਾ ਪਊਗਾ ਸੀਜ਼ਨ ਖਤਮ ਹੋ ਗਿਆ ਜੀ ਮਨਜੀਤ ਅਜੇ ਬਾਈ ਸ਼ੇਅਰ ਕਰੀ ਚੱਲੋ ਸਾਰੇ ਭਰਾ ਓਏ ਬਾਲ ਹੈ ਬਾਬਾ ਸ਼ੇਰੂ ਨਹੀਂ ਆਇਆ ਬਬਲੀ ਰਾਣੂ ਬਰਸੀ ਕਰੀ ਕੀ ਬੀ ਟੀਮ ਸਟੇਜ ਤੇ ਕੰਗ੍ਰੈਟ ਕਰੇ ਸਾਰੀ ਕੀ ਸਾਰੀ ਟੀਮ ਬਰਸੀ ਕਰੀ ਕੀ ਬੀ ਟੀਮ ਸਟੇਜ ਤੇ ਆ ਕੇ ਸੰਬਰ ਕਰ ਰਹੇ ਨੇ ਸਾਲ ਸਿੰਘ ਬਾਈ ਸ਼ੇਰ ਜ਼ਰੂਰ ਕਰੀ ਚੱਲੋ ਵਧੀਆ ਵਧੀਆ ਬਬਲੀ ਰਾਣੂ ਕੀ ਹਾਲ ਚਾਲ ਹੈ ਬਾਈ ਖੇਲਣਗੇ ਮੈਂ ਚਲਾਉਂਦਾ ਕੁਛ ਨਹੀਂ ਆਦਤ ਹੈ ਮੇਰੀ ਹਾਂਜੀ ਜੇ ਟੀਮ ਅੱਜ ਨਗ ਸਿੱਧੂ ਕਲੱਬ ਕਹਿ ਲਗਰੀ ਕੀ ਹਾਲ ਚਾਲ ਹੈ ਬਾਈ ਬੱਤੀ ਹਜ਼ਾਰ ਰੁਪਇਆ ਬਹੁਤ ਸੌਖਾ ਕਰਾਂਗੇ ਤੁਹਾਨੂੰ ਆਏ ਬਹੁਤ ਸੋਹਣੇ ਵਧੀਆ ਵਧੀਆ ਚਾਹੀਦਾ ਬਾਈ ਸ਼ੇਅਰ ਜ਼ਰੂਰ ਕਰੀ ਚੱਲੋ ਨਗ ਸਿੱਧੂ ਬਾਈ ਮਨਪ੍ਰੀਤ ਸਿੰਘ ਸਮਾਜ ਸੇਵੀ ਨੇ ਬਹੁਤ ਵੱਡਾ ਨਾਮ ਹੈ ਇਲਾਕੇ ਭਰ ਦੇ ਵਿੱਚ ਹੈ ਰਘਵੀਰ ਕਨਾਲਪੁਰ ਦੀ ਅੱਜ ਰੌਣਕ ਮੇਲਾ ਭਰਾਉਣ ਦੇ ਲਈ ਇਸ ਮੇਲੇ ਦਾ ਪਹੁੰਚਿਆ ਹੈ ਬਹੁਤ ਵੱਡਾ ਮੈਂ ਧੰਨਵਾਦ ਕਰਦਾ ਕਦੇ ਸਤਿਕਾਰ ਦੇ ਯੋਗ ਨੇ ਕਦੇ ਮਾਣ ਦੇ ਯੋਗ ਨੇ ਰਘਵੀਰ ਕਨਾਲਪੁਰ ਜੀ ਕਦੇ ਪਹੁੰਚੇ ਡਰ ਦਾ ਧੰਨਵਾਦ ਲਓ ਸਾਹਮਣੇ ਮੇਰੀ ਵੀਡੀਓ ਲੈ ਵੀ ਜੇ ਕੋਈ ਟੀਮ ਖਾਣਾ ਖਾਂਦੇ ਰਹਿੰਦੇ ਇਹਦੀ ਖਾਣਾ ਵੀ ਖਾ ਲਓ ਜੀ ਇੱਧਰ ਬਹੁਤ ਵੱਡਾ ਧੰਨਵਾਦ ਕਰਦਾ ਮੈਂ ਦਲਸੇਰ ਬਰਸੀਕਰੀ ਦੀ ਬਹੁਤ ਪੁਰਾਣੀ ਖਿਡਾਰੀ ਹੈ ਦਲਸੇਰ ਜਤਿੰਦਰ ਲੋਨ ਦਾਨਵੀਰ ਬਾਈ ਸਕੋਰ ਕੀ ਹੈ ਤੀਨ ਦੋ ਪੁਆਇੰਟ ਹੈ ਬਾਈ ਤੀਨ ਇੰਦਰੀ ਦੋ ਬਾਬਾ ਲਾਣਾ ਕਬਾੜਾ ਛੋਟੂ ਮਾਜਰਾ ਹਾਂਜੀ ਆਇਆ ਬਾਈ ਛੋਟੂ ਮਾਜਰਾ ਓਏ ਬਾਲ ਹੈ ਮੋਹਿਤ
ਜੱਸਾ ਨਹੀਂ ਆਇਆ ਬਾਈ। ਆਰੀਅਨ ਬਿਲ ਕੈਨੇਡਾ ਬਹੁਤ ਵੱਡਾ ਧੰਨਵਾਦ ਤੇ ਨਾਲ ਓਏ ਪਾਲ ਹੈ ਬਾਬਾ ਤੇ ਨਾਲ ਹੀ ਸਾਡੇ ਮੁਖੀਆ ਦੀ 3 ਬਰਾਬਰ ਹੋ ਗਏ ਬਈ ਸਕੋਰ 3 ਬਰਾਬਰ ਸੁਸ਼ੀਲ ਗੁਪਤਾ ਜੀ ਤੇ ਨਾਲ ਹੀ ਸੁਨੀਲ ਸਹਾਰਨ ਦੀ ਬਹੁਤ ਵੱਡਾ ਛੋਟੂ ਆਜ ਬਾਈ ਮਨੀਸ਼ ਮਟੌਰ ਦੀ ਟੀਮ ਮੇ ਹੈ ਕੋਡੀਆ ਦੀ ਐਸ ਵਤਨ ਦੇ ਜੁਕੇ ਮਨਦੀਪ ਜੁਕੇ ਨਰਿੰਦਰ ਪੋਨੀਆ ਦੀ ਐਸ ਦਰਸ਼ਨ ਜੀ ਐਸ ਸ਼ੇਰੂ ਨਹੀਂ ਆਇਆ ਬਾਈ ਰੋਹਿਤ ਜੀ ਐਸ ਪ੍ਰਦੀਪ ਗਿੱਲ ਕੈਨੇਡਾ ਜਤਿੰਦਰ ਗਿੱਲ ਕੈਨੇਡਾ ਅੰਕੁਸ਼ ਜੁਕੇ ਸੁਰੇਸ਼ ਨਿਊਜ਼ੀਲੈਂਡ ਤੇ ਨਾਲ ਹੀ ਰਵੀ ਗੁਲ ਜੀ ਐਸ ਸਾਹਿਬ ਗਿੱਲ ਕੈਨੇਡਾ ਕਮਲ ਜੁਕੇ ਅਮਨ ਗਿੱਲ ਜੀ ਐਸ ਬਾਈ ਸ਼ੇਰ ਵਾਲਾ ਕੰਮ ਨਾ ਰੋਕੋ ਬਾਈ ਖਿੱਚ ਕੇ ਕਰੀ ਚੱਲੋ ਨਾਲ ਹੀ ਮਨੀਸ਼ ਡੀ ਐਸ ਕਾਲਾ ਡੂ ਕਾਲਾ ਪੁਰਤਗਾਲ ਮਨੀਸ਼ ਜੁਕੇ ਕਰਨ ਸਿੰਘ ਜੀ ਐਸ ਲਾਰਾ ਨਵਾਬ ਆਇਆ ਜੀ ਨਵਾਬ ਆਇਆ ਹੈਪੀ ਸਿੰਘ ਬਾਈ ਉਧਰ ਕਹਿੰਦੇ ਬਹੁਤ ਵੱਡੇ ਮਾਨ ਕਰਦਾ ਬੱਚੀ ਕਹਿੰਦੇ ਬਹੁਤ ਤਕੜੇ ਕਹਿੰਦੇ ਮੈਚ ਜਿਹੜਾ ਖੇਡਿਆ ਜਾ ਰਿਹਾ ਉਧਰ ਕਹਿੰਦੇ ਪਟਾਕੇ ਪੈ ਰਹੇ ਕਾਕੇ ਜਿਹੜੇ ਖਹਿ ਰਹੇ ਮੈਨੂੰ ਲੱਗਦਾ ਵੀ ਬਰਾਬਰੀ ਤੇ ਖੇਡੇ ਜਾ ਰਹੇ ਯੂਪੀ ਸ਼ਾਸਤਰੀ ਨਹੀਂ ਆਇਆ ਬਾਈ ਮਰਦੇੜੀ ਦੇ ਕਰਾਰ ਦੀ ਟੀਮਾਂ ਮਰਦੇੜੀ ਤੇ ਕਰਾਰ ਇਹ ਟੀਮਾਂ ਦਾ ਜਿਹੜੀ ਇੱਕ ਨੰਬਰ ਗਰਾਊਂਡ ਦੇ ਆਉਂਦੀ ਮਰਦੇੜੀ ਤੇ ਕਰਾਰ ਇਹ ਟੀਮਾਂ ਦਾ ਮੈਚ ਜਿਹੜੀ ਇੱਕ ਨੰਬਰ ਗਰਾਊਂਡ 'ਤੇ ਕਰਾਰ ਦੀ ਟੀਮ ਜੇਕਰ ਆ ਗਈ ਤਾਂ ਹੱਥ ਕਿਹੜਾ ਕਰੇਗੀ ਅਤੇ ਨਾਲ ਹੀ ਮਰਦੇੜੀ ਦੀ ਟੀਮ ਇਹ ਟੀਮਾਂ ਦੀ ਜੋਟੀ ਆਇਆ ਬਾਈ ਆਇਆ ਜੋਟੀ ਆਇਆ ਅਤੇ ਨਾਲ ਹੀ ਕਰਾਰ ਦੀਆਂ ਟੀਮਾਂ ਆਊਟ ਬਾਲ ਸਰਵਿਸ ਫੇਰ ਚੇਂਜ ਸਰਸਾ ਨਹੀਂ ਆਈ ਆਜ਼ਾਦ ਸਚਿਨ ਰਵੀ ਆਇਆ ਬਾਈ ਆਇਆ ਕਮੇਟੀ ਚ ਖੇਡਣਾ ਰਵੀ ਨੇ ਰਵੀਨ ਬਾਈ ਸ਼ੇਅਰ ਜ਼ਰੂਰ ਕਰਦੇ ਜਿੰਨੇ ਗਰੁੱਪ ਹੈਗੇ ਆਪਣੇ ਕੋਲ ਬਾਈ ਓਕੇ ਓਕੇ ਬਾਈ ਮਾਲਵੇ ਵਾਲਾ ਵੀ ਚਲਾਉਂਦੇ ਆ ਲਾਈਵ ਇੱਕ ਨੰਬਰ ਤੇ ਹਰਿਆਣਾ ਸਪੋਰਟਸ ਵਾਲੀਬਾਲ ਲਾਈਵ ਬੱਲੇ ਬੱਲੇ ਘਰਾ ਰਿਹਾ ਬਾਈ ਜੀ ਦੋਨੋਂ ਟੀਮ ਲੈਣਾ ਪੈ ਰਿਹਾ ਬਾਲ ਫੜੇ ਯਾਰ ਬਾਈ ਸਰਵਿਸ ਨਾ ਕਰੇ ਯਾਰ ਬਾਈ ਅੱਗੇ ਜੀ ਬਾਈ ਜੀ ਬਾਈ ਸਰਵਿਸ ਨਾ ਕਰੇ ਯਾਰ ਬਾਈ ਜੀ ਬਾਬਾ ਵਾਲੇ ਗਰਾਊਂਡ ਤੇ ਆ ਗਿਆ ਮੇਰਾ ਬਾਈ ਅੱਗੇ ਬਾਈ ਇਸ ਤਰ੍ਹਾਂ ਜਾਓ ਨੱਟ ਕੇ ਆ ਗਏ ਲਓ ਜੀ ਜੇ ਬਾਬਾ ਕੋੜਾ ਜਿੰਦਾ ਤਾਂ ਬਬਲੀ ਰਾਣਾ ਵੱਲੋਂ 500 ਦੇ ਵੱਡੇ ਮਾਨ ਸਨਮਾਨ ਹੈ ਬਬਲੀ ਜੀ ਕਰਾਰ ਦੀ ਟੀਮ ਕਿੱਥੇ ਦੀ ਕਰਾਰ ਦੀ ਟੀਮ ਹੈ ਉਧਰ ਸਾਡੇ ਬਹੁਤ ਹੀ ਸਰਕਾਰ ਦੇ ਸ਼ਹੀਦ ਹੈ ਬੇਬੀ ਗਰਾਊਂਡ ਦੇ ਵਿੱਚ ਜਾਣ ਪਹਿਚਾਣ ਦੇ ਲਈ ਜਾ ਰਹੀ ਹੈ ਬਹੁਤ ਵੱਡਾ ਮੈਂ ਧੰਨਵਾਦ ਕਰਦਾ ਹਾਂ
ਪੁਆਇੰਟ ਦੱਸਦੇ ਆ ਨਸੀਮ ਖਾਨ ਬਾਈ 5-4 ਇੰਦਰੀ 5 ਬਾਬਾ ਕੌੜਾ 4 ਅੰਕਿਤ ਬਥਰੇੜੀ ਬਾਈ ਬਹੁਤ ਵੱਡੇ ਧੰਨਵਾਦੀਆਂ ਦਿਲਦੀਆਂ ਘੜਾਈਆਂ ਤੇ ਧੰਨਵਾਦ ਕਰਦੇ ਆ ਵੀ ਤੁਸੀਂ ਸਾਡੇ ਵਿਹੜੇ ਆਏ ਅਸੀਂ ਫੁੱਲੇ ਨਾ ਸਮਾਏ ਸਾਡੇ ਸਾਰਿਆਂ ਲਈ ਤਰਸੀਬ ਲਿਆਇਆ ਨੂੰ ਹਜ਼ੂਰ ਕਮਾਲਪੁਰ ਜੀ ਬਹੁਤ ਬਹੁਤ ਧੰਨਵਾਦ ਮੈਂ ਵੀ ਖਿਡਾਰੀ ਦੇ ਵੀਰ ਅਗਲੇ ਪਾਸੇ ਬੈਠ ਜਾਣਗੇ ਅੱਗੇ ਜੀ ਅੱਗੇ ਬੈਠ ਜਾਓ ਮੇਰੇ ਭਾਈ ਓਕੇ ਓਕੇ ਬਾਈ ਸ਼ੇਅਰ ਜ਼ਰੂਰ ਕਰ ਦਿਓ ਨਸੀਮ ਬਾਈ ਰਘਵੀਰ ਕਮਾਲਪੁਰ ਜੀ ਬਹੁਤ ਬਹੁਤ ਧੰਨਵਾਦ ਬੜੀ ਹਾਜ਼ਰੀ ਲਵਾਈ ਹੈ ਬਹੁਤ ਵਿੱਕੀ ਸ਼ੇਰ ਗਿੱਲ ਅੱਕੀ ਜੈਲਦਾਰ ਵਾਲੀਬਾਲ ਲਾਈਵ ਹੈ ਕਿਹਦੇ ਬੱਲੇ ਬੱਲੇ ਹੋਈ ਜਾਂਦੀ ਹੈ 2 ਨੰਬਰ ਗਰਾਊਂਡ ਦੇ ਅੰਦਰ ਬਥਰੂ ਰਘਵੀਰ ਕਮਾਲ ਪਰ ਜੀ ਦਾ ਸ਼ੇਅਰ ਕਰ ਦੇ ਜਿਹੜਾ ਉਹ ਸਨਮਾਨ ਕੀਤਾ ਜਾ ਰਿਹਾ ਪ੍ਰਬੰਧ ਜਸਵਿੰਦਰ ਬਰਾੜ ਬਹੁਤ ਵੱਡਾ ਜਿਹੜਾ ਧੰਨਵਾਦ ਹੈ ਸਾਮੀ ਜਸ ਬਾਈ ਸ਼ੇਅਰ ਜ਼ਰੂਰ ਕਰੀ ਚੱਲੋ ਸਾਰੇ ਭਰਾ ਸਨਮਾਨ ਜਿਹੜਾ ਕੀਤੇ ਜਾ ਰਿਹਾ ਇਹ ਵਾਰ ਓਏ 5 ਬਰਾਬਰ ਹੋ ਗਏ ਵੇ ਸਕੋਰ ਓਕੇ ਓਕੇ ਅੱਕੀ ਬਾਈ ਪਤਾ ਨੀ ਬਾਈ ਬਹੁਤ ਤਕੜਾ ਮੈਚ ਜਿਹੜਾ ਖੇਡਿਆ ਜਾ ਰਿਹਾ ਆਪਾਂ ਕਹਿ ਸਕਦੇ ਹਾਂ ਇੱਕ ਪਾਸੇ ਬਾਬਾ ਕੌੜਾ ਤੇ ਦੂਜੇ ਪਾਸੇ ਕਿਤੇ ਆਪਾਂ ਬਾਈ ਮੈਚ ਹੈ ਅੰਕਿਤ ਬਤਰੇੜੀ ਖੇਡ ਰਿਹਾ ਇੰਦਰੀ ਕੀ ਟੀਮ ਮੈਂ ਦੂਸਰੀ ਸਾਈਡ ਹੈ ਬਾਈ ਬਾਬਾ ਲਾਣਾ ਕੀ ਟੀਮ ਹੈ ਉਸਮੇ ਬਾਬਾ ਕੌੜਾ ਜ਼ਬਰਦਸਤ ਮੈਚ ਬਾਈ ਸਕੋਰ ਸਾਂਝੇ ਕਰੀਏ ਜੀ 2 ਨੰਬਰ ਗਰਾਊਂਡ ਦੇ 3-7 ਦੀ ਟੱਕਰ ਹੈ ਇੱਕ ਗਰਾਊਂਡ ਤੇ ਬਾਈ ਹਰਿਆਣਾ ਸਪੋਰਟਸ ਵਾਲੀਬਾਲ ਲਾਈਵ ਆਪਾਂ ਕਹਿ ਸਕਦੇ ਹਾਂ ਵੀ 7 ਬਣ ਗਿਆ ਹੈ ਆਊਟ ਬਾਲ ਆਕਾਸ਼ ਬਾਈ ਸ਼ੇਅਰ ਜ਼ਰੂਰ ਕਰੀ ਚੱਲੋ ਗੱਗੀ ਗਰੇਵਾਲ ਟੱਕਰ ਉਧਰ ਪ੍ਰੇਮ ਵਰਗੇ ਭਰਾ ਖੇਡ ਰਹੇ ਅੰਕਿਤ ਵਰਗੇ ਵੀਰ ਸਿਵਾਕ ਬਾਈ ਸ਼ੇਅਰ ਕਰੀ ਚੱਲੋ ਤੇ ਇਧਰੋਂ ਦੇਖਾਂਗੇ ਮੋਹਿਤ ਵਰਗੇ ਭਰਾ ਕੇ ਇੱਕ ਵੱਡਾ ਸੈੱਟ ਬਣਦਾ ਬਾਬੇ ਕੋੜੇ ਦਾ ਉਧਰ ਤੱਕਾਂਗੇ ਉਹ ਬਾਬੇ ਲਗਾੜੇ ਵਾਲੇ ਮੁੰਡੇ ਬੱਲੇ ਬੱਲੇ ਖਿਡਾਰੇ ਖੇਡਦੇ ਮੈਦਾਨ ਦੇ ਬਾਬੂ ਸੌਸਾ ਜਾਰਨੇ ਦੀ ਟੀਮ ਦੇ ਇੱਕ ਮਿੰਟ ਗਾਇ ਸਾਹਿਬ ਚੇਤਾ ਨਹੀਂ ਆਇਆ ਬਾਈ ਇਸ ਕੇ ਬਾਅਦ ਟੀਮ ਸਬਸਕ੍ਰਾਈਬ ਕਰੀ ਜਾਏਗੀ ਸੌਰਵ ਚੌਧਰੀ ਪੂਜਣਾ ਬਾਈ ਸ਼ੇਅਰ ਕਰੀ ਚੱਲੋ ਇੱਕ ਮਿੰਟ ਗਾਇ ਜੀ ਟੀਮ ਕੋ ਨਰਦਾ ਜੀ ਦੀ ਟੀਮ ਗਰਾਊਂਡ ਦੇ ਆ ਉਧਰ ਦਰਸ਼ਾਂਤ ਵੀਰ ਆ ਗਿਆ ਕਹਿੰਦੇ ਵਿਸ਼ੇਸ਼ ਤੌਰ ਤੇ ਤਲਵੰਡੀ ਵਾਲਾ ਲਾਈਵ ਤੇ ਵੱਡਾ ਬੁਲਾਰਾ ਹੋਇਆ ਮਾਂ ਬੋਲੀ ਦਾ ਬਹੁਤ ਵੱਡੇ ਧੰਨਵਾਦੀਆਂ ਲਾਈਵ ਜੁੜ ਗਿਆ ਭਰਾ ਵੱਡੇ ਮੈਚ ਦੀ ਆਓ ਦਰਸ਼ਕ ਜਿਹੜੇ ਜੁੜੇ ਬੈਠੇ ਆ ਦੁਨੀਆ ਕਹਿੰਦੇ ਆਨੰਦ ਲੈ ਰਹੀ ਹੈ ਕਹਿੰਦੇ ਇੱਧਰ ਵੱਡੇ ਤੇਜਾਂ ਦੇ ਕਹਿੰਦੇ ਦੁਨੀਆ ਆਨੰਦ ਲੈ ਰਹੀ ਹੈ ਇੱਧਰ ਲਾਈਵ ਦੇ ਕਹਿੰਦੇ ਸਵਾਦ ਜਿਹੜਾ ਵੱਜਿਆ ਹੋਇਆ ਇੱਕ ਵੱਡੇ ਜੱਸਾ ਨਹੀਂ ਆਇਆ ਬਾਈ ਅਫਜ਼ਲ ਰਾਓ ਖੇਡ ਰਹੀ ਹੈ
ਕਮਾਲ ਖੇਡਦੇ ਮੈਦਾਨ ਦੇ ਅੰਦਰ ਜੱਸਾ ਨਹੀਂ ਆਇਆ ਬਾਈ, ਜੱਸਾ ਨਹੀਂ ਆਇਆ ਬਾਬੇ ਕੌੜਿਆ ਤਿਆਰੀ ਫੜਨੀ ਯੂਪੀ ਸ਼ਾਸਤਰੀ ਨਹੀਂ ਆਇਆ ਜਸਗਿੱਲ ਬਾਈ ਸੌਰਵ ਖਾਰੀਆ ਜੋਧਪੁਰੀਆ ਨਹੀਂ ਆਈ ਬਾਈ ਸੌਰਵ ਖਾਰੀਆ ਕੀ ਹਾਲ ਚਾਲ ਹੈ ਯਾਰ ਸੌਰਵ ਖਾਰੀਆ ਕੰਡਾ ਵੀ ਨੀ ਚਿਬਦਾ ਇੰਨਾ ਜਿਸਮ ਕਠੋਰ ਚੋਬਰਾ ਦਾ ਇੱਕ ਨੰਬਰ ਦੇ ਬਾਈ ਹਰਿਆਣਾ ਸਪੋਰਟਸ ਵਾਲੀਬਾਲ ਸ਼ੂਟਿੰਗ ਆਓ ਲਲਕਾਰੇ ਤਾ ਵੱਜਦੇ ਰਾਜੇ ਖੇਲੇ ਮਰਦ ਮਦਾਨੋਂ ਕਦੇ ਡਰ ਕੇ ਨੀ ਭੱਜਦੇ ਆਓ ਵਾਕੇ ਕਦੇ ਸਵਾਰ ਆਓ ਭੱਲੇ ਪਾਪਾ ਪਾਪਾ ਤੇ ਅੰਕਿਤ ਬਾਲ ਬਾਈ ਪ੍ਰੇਮ ਮਰਦਾਰੀ ਤੇ ਲੋਨ ਦੇ ਦੀ ਮੈਂ ਖੰਡੇ ਦੀ ਬਾਤ ਹੈ। ਹਾਂਜੀ ਹਾਂਜੀ ਅੰਕਿਤ ਬਾਈ ਕਿਆ ਬਤਾਣਾ ਹੈ ਬਾਈ ਗਰਾਊਂਡ ਕਲੀਅਰ ਕਰ ਲਈ ਇੱਕ ਨੰਬਰ ਗਰਾਊਂਡ ਇੱਕ ਨੰਬਰ ਪਿਆ ਬਈ ਹਰਿਆਣਾ ਸਪੋਰਟਸ ਵਾਲੀਬਾਲ ਸ਼ੂਟਿੰਗ ਚਾਰ ਤੇ ਸੱਤ ਦੀ ਕਹਿੰਦੇ ਵੱਡੀ ਟੱਕਰ ਬਣੀ ਹੋਈ ਹੈ ਬਾਬਾ ਕੋੜਾ ਦੇ ਸਕੋਰ ਦੇ ਹਰਦੀਪ ਕਲੀਅਰ ਬਾਈ ਸ਼ੇਅਰ ਜ਼ਰੂਰ ਕਰੀ ਚੱਲੋ ਜਿੰਨੇ ਭਰਾ ਦੇਖੀ ਜਾਂਦੇ ਆ ਉਧਰਲੇ ਪਾਸੇ ਕਹਿੰਦੇ ਸ਼ੇਰੂ ਨਹੀਂ ਹੈ ਕੁਲਵੀਰ ਸਿੰਘ ਬਾਈ ਜਿਹੜੇ ਬਣੇ ਹੋਏ ਆ ਵਾਕੇ ਕਹਿੰਦੇ ਬਹੁਤ ਤਕੜਾ ਮੈਚ ਆਓ ਜਿਹੜਾ ਖੇਡਿਆ ਜਾ ਰਿਹਾ ਮੇਰੇ ਵੀਰੇ ਖੇਡਦੇ ਮੈਦਾਨ ਦੇ ਅੰਦਰ ਐਨੀ ਕਹਿੰਦੇ ਸਵਾਦ ਜਿਹੜਾ ਵੱਜਿਆ ਹੋਇਆ ਵੀ ਗਿੱਦੜੀ ਜਨਮ ਦਿੰਦੀ ਹੈ ਸਦਾ ਗਿੱਦੜ ਨੂੰ ਸ਼ੇਰ ਵੀ ਪੈਦਾ ਕਰੇ ਸ਼ੇਰ ਵੀ ਜਿਹੜੀ ਮਿੱਟੀ ਦੇ ਵਿੱਚ ਹੁੰਦੀ ਹੈ ਗਿੱਲ ਜ਼ਿਆਦੇ ਉੱਥੇ ਹੁੰਦੀ ਹੈ ਫਸਲ ਪੈਦਾ ਢੇਰ ਵੀ ਆ ਚੱਕ ਪੁੰਨਿਆਂ ਦੀ ਚਾੜਦੀ ਹੈ ਦਿਨ ਮੱਸਿਆ ਪੈਦਾ ਕਰਦੀ ਹੈ ਸਦਾ ਹਨੇਰ ਵੀ ਆ ਜਿਹੜੇ ਮਾਪਿਆਂ ਨੇ ਕੀਤੀ ਹੁੰਦੀ ਹੈ ਤਪੱਸਿਆ ਉਹਨਾਂ ਦੇ ਘਰ ਹੁੰਦੇ ਆ ਪੁੱਤ ਪਲੇਅਰ ਵੀ ਉਹਨਾਂ ਦੇ ਘਰ ਪੈਦਾ ਹੁੰਦੇ ਖਿਡਵਾਲੀ ਕੈਨੇਡਾ ਕਿਆ ਹਾਲ ਚਾਲ ਹੈ ਬਾਈ ਸਵਾਗਤ ਹੈ ਵਾਲੀਬਾਲ ਸ਼ੂਟਿੰਗ ਹਰਿਆਣਾ ਪੇਜ ਪੇ ਤਿੰਨ ਤੇ ਲਾਈਵ ਮਾਲਵਾ ਬੈਲਟ ਚੱਲ ਰਿਹਾ ਬਾਈ ਮਾਲਵਾ ਬੈਲਟ ਵਾਲੀਬਾਲ ਸ਼ੂਟਿੰਗ ਤਿੰਨ ਨੰਬਰ ਦੇ ਹੁਣੇ ਚੱਲਣ ਵਾਲਾ ਬਈ ਚੱਲ ਰਿਹਾ ਮਾਲਵਾ ਬੈਲਟ ਬਈ ਬੈਠਾ ਲਾਈਵ ਲਾ ਕੇ ਮਾਲਵਾ ਬੈਲਟ ਸੱਤ ਹੋ ਗਏ ਇੱਧਰ ਅੱਠ ਹੋ ਗਏ ਛੇ ਅੱਠ ਠੀਕ ਹੈ ਛੇ ਤੇ ਅੱਠ ਆਓ ਸਕੋਰ ਜਿਹੜੇ ਬਣੇ ਹੋਏ ਆ ਬਾਬਾ ਕੌੜਾ ਦੇ ਸਕੋਰ ਜਿਹੜੇ ਛੇ ਹੈ ਅੰਕਿਤ ਦੇ ਸਕੋਰ ਜਿਹੜੇ ਅੱਠ ਬਣੇ ਹੋਏ ਆ ਮੇਰੇ ਵੀਰੋ ਖੇਡਦੇ ਮੈਦਾਨ ਦੇ ਅੰਦਰ ਕੁੰਡੀਆਂ ਦੇ ਸਿੰਘ ਜਿਹੜੇ ਫਸੇ ਹੋਏ ਆ ਵੀ ਕੁੰਡੀਆਂ ਦੇ ਸਿੰਘ ਫਸ ਗਏ ਕੋਈ ਨਿੱਤਰੂ ਕਡੇਵੇ ਖਾਣੀ ਆ ਪਤਾ ਲੱਗ ਜਾਣਾ ਕਿੰਨਾ ਕੁ ਡੂੰਘਾ ਖੂਹਾਂ ਦਾ ਪਾਣੀ ਉਹ ਅੱਜ ਪਤਾ ਲੱਗ ਜਾਣਾ ਕਿੰਨਾ ਕੁ ਡੂੰਘਾ ਖੂਹਾਂ ਦਾ ਪਾਣੀ ਉਧਰ ਧੱਕਾ ਖੇਡਦੇ ਮੈਦਾਨ ਦੇ ਅੰਦਰ ਬਾਈ ਜੀ ਲੋਨ ਕੀ ਟੀਮ ਆ ਗਈ ਬਸ ਆਵੇ ਇੱਕ ਵਾਰ ਉਠਾ ਦੋ ਮੇਰਾ ਬਾਈ ਲੋਨ ਕੀ ਟੀਮ ਬੱਬੂ ਫੋਟੋ ਰਹਿੰਦੇ ਬਲਰ ਕਿੱਥੇ ਸਮੇਤਾ ਜੇ ਕਹੋ ਤੇ ਮੇਰਾ ਫਿਰ ਗੱਡੀ ਨੂੰ ਆਵਾਜ਼ ਮਾਰ ਲੈਣਾ ਯਾਰ ਮੇਰੇ ਪਹਿਲਾਂ ਦਸ ਪੰਦਰਾਂ ਦੀ ਪੰਜਾਬ ਦੇ ਟੂਰਨਾਮੈਂਟ
8 6 ਸਕੋਰ ਹੋ ਗਿਆ ਭਾਈ। ਆਠ ਹੈ ਇੰਦਰੀ ਦੀ ਟੀਮ ਕੇ, 6 ਹੈ ਉਧਰ ਭਾਈ ਬਾਬਾ ਅਲਦਾਣਾ। ਜੇ ਜਿੱਤਣੀ ਵੀ ਟੂਰਨਾਮੈਂਟ ਉੱਤੇ ਵਾ ਟੈਂਪ ਕਿਸੇ ਪਾਉਂਦਾ ਤੇ ਇਹਦੇ ਓਏ ਸਾਈਡਾਂ ਚੇਂਜ ਭਾਈ, ਗਲਤ ਗੱਲ ਹੈ। 9 6 ਹਲੋ, ਜੋ ਇੰਨਾ ਵਧੀਆ ਟੂਰਨਾਮੈਂਟ ਇੰਨੇ ਵਧੀਆ ਪ੍ਰਾਈਜ਼ ਰੱਖੇ ਹੁੰਦੇ ਆਪਾਂ ਖਰਾਬ ਕਰੀਏ, ਇਹ ਟੀਮਾਂ ਵਾਸਤੇ ਬਹੁਤ ਜ਼ਿਆਦਾ ਗਲਤ ਗੱਲ ਹੈ ਜੀ। ਹਲੋ ਮਾਲਵਾਲਾ ਚੱਲੀ ਜਾਂਦਾ ਬਈ, ਹਰਦੀਪ ਤਨੌਤਾ ਤਨੌਤਾ ਵਾਲੇ ਮੈਚ ਦੇ ਬਈ, ਹਰਿਆਣਾ ਸਪੋਰਟਸ ਸ਼ੂਟਿੰਗ ਵਾਲੀਬਾਲ ਸਚਿਨ ਬਿੜਸੀਗਰੀ ਵਾਲਾ ਪੇਜ ਹੈ ਬਈ, ਵਹਾਂ ਪੇ ਜਾਂ ਤਨੌਤਾ ਕਾ ਮੈਚ ਹੈ। ਹਰਵਿੰਦਰ ਬਾਈ ਸ਼ੇਅਰ ਜ਼ਰੂਰ ਕਰੀ ਚੱਲੋ, ਰਮਨ ਘੁਮਾਨ ਜਗਦੀਪ ਜਗਦੀਪ ਮਟਾਰ ਮੋਨੂ ਰਾਣਾ ਬਾਈ ਸ਼ੇਅਰ ਕਰੀ ਚੱਲੋ, ਜਿਹੜੇ ਵੀਰ ਦੇ ਵੱਲੋਂ ਅੱਜ ਕਹਿੰਦੇ ਸੀਨੂ ਦੇ ਨਾਲ ਕਹਿੰਦੇ ਸੇਤੀ ਦਾ ਸਨਮਾਨ ਰੇਂਜਰ ਸਾਈਕਲ ਦੇ ਨਾਲ ਕੀਤਾ ਜਾਣਾ ਹੈ। ਬਹੁਤ ਬਹੁਤ ਮਾਰ ਕਰਨ ਦੇ ਖਿਡਾਰੀਆਂ ਨੂੰ ਵੀ ਅੱਜ ਦੇ ਗੱਡੇ ਮੇਲੇ ਦੀਆਂ, ਤੇ ਬਾਈ ਨਿੰਨਾ ਦਿਵਸ ਬਹੁਤ ਬਹੁਤ ਧੰਨਵਾਦ ਬਾਈ ਜੀ ਦਾ, ਲੱਕੀ ਗੱਡੇ ਬਹੁਤ ਵੱਡੇ ਧੰਨਵਾਦੀ ਆ ਐਨ ਆਰ ਆਈ ਭਰਾਵਾਂ ਦੇ, ਜਿੰਨੇ ਵੀ ਐਨ ਆਰ ਆਈ ਵੀਰ ਇਸ ਖੇਡ ਮੇਲੇ ਦੇ ਲਈ ਆਪਣੀ ਦਸਾਂ ਨੂੰ ਵੱਡੀ ਕਿਰਤ ਕਮਾਈ ਦੇ ਵਿੱਚ ਹੋ। ਮੰਗੋ ਬਾਈ ਸ਼ੇਅਰ ਜ਼ਰੂਰ ਕਰੀ ਚੱਲੋ, ਧਰਮਾ ਚੌਧਰੀ ਵੱਡੇ ਸ਼ੋਗ ਅੱਜ ਦੇ ਖੇਡ ਮੇਲੇ ਦੇ ਐਨ ਆਰ ਆਈ ਭਰਾਵਾਂ ਨੇ ਭੇਜਿਆ। ਉੱਧਰ ਤੱਕਾਂਗੇ ਕਹਿੰਦੇ ਸ਼ੁਰੂਆਤ ਜਿਹੜੀ ਹੋ ਚੁੱਕੀ ਹੈ ਸੈਕਿੰਡ ਐਪੀਸੋਡ ਦੀ, ਆਪਾਂ ਕਹਿ ਸਕਦੇ ਹਾਂ ਹਾਫ ਤੋਂ ਬਾਅਦ ਜਿਹੜੇ ਗਰਾਊਂਡਾਂ ਚੇਂਜ ਹੋ ਚੁੱਕੀਆਂ। ਠੀਕ ਹੈ ਠੀਕ ਹੈ, ਮੋਨੂ ਬਾਈ ਬਹੁਤ ਬਹੁਤ ਧੰਨਵਾਦ। ਸਵਾਗਤ ਦੇ ਸਾਹਮਣੇ ਬਾਬਾ ਕੋੜਾ ਜਿਹੜਾ ਆਓ ਖੇਡਦੇ ਮੈਦਾਨ ਦੇ ਅੰਦਰ, ਬਹੁਤ ਤਕੜਾ ਮੈਚ ਜਿਹੜਾ ਖੇਡਿਆ ਜਾ ਰਿਹਾ ਮੇਰੇ ਵੀਰੇ, ਉਹ ਖੇਡਦੇ ਮੈਦਾਨ ਦੇ ਅੰਦਰ ਵਾਕਈ ਜ਼ੋਰ ਪੂਰਾ ਲੱਗਿਆ ਚੋਪੜਾ ਦਾ ਦੀ ਅਣਜਾਨ ਮਹਿਰਮਾ ਬਾਲਕ ਨਸੀ ਗੱਲ ਅਣਖਾਂ ਤੇ ਆ ਗਈ। 6-9 ਸਰਵਿਸ ਚੇਂਜ ਹੈ, ਸਾਰਸਾ ਦਾ ਮੈਚ ਅਭੀ ਮਾਲਵਾ ਬੈਲਟ ਤੇ ਚੱਲੇਗਾ ਬਾਈ। ਜੋ ਦਿੱਕਾਂ ਦੇ ਆ ਛੌੜੇ ਦੀ ਫੀਲਿੰਗ ਲੈ ਗਏ ਆ ਚਪਚੇ ਪਿੱਤਲ ਦੇ ਦੱਸ ਕੀ ਚੰਦਰਿਆ ਲਾਉਂਦੀ ਅੱਗ ਇਹਨਾਂ ਨੋਟਾਂ ਨੂੰ, ਆ ਤੇਰੀ ਚੁੱਪ ਨੇ ਚੰਦਰਿਆ ਬੋਲਣ ਲਾਤਾ ਲੋਕਾਂ ਨੂੰ, ਆ ਤੇਰੀ ਚੁੱਪ ਨੇ ਚੰਦਰਿਆ ਬੋਲਣ ਲਾਤਾ ਲੋਕਾਂ ਨੂੰ। ਲੈ ਵੀ ਮੁੰਡਿਆ ਤਿਆਰੀ ਜੜੀ ਫੜਨੀ ਪੈਣੀ ਹੈ ਹੌਲੀ ਹੌਲੀ ਕਰਕੇ ਮੁੰਡੇ, ਇੰਦਰੀ ਵਾਲੇ ਗੱਲ ਬਣਦੀ ਹੈ ਪ੍ਰੇਮ ਵਰਗੇ ਭਰਾ ਕਹਿੰਦੇ ਅੱਜ ਪੂਰੇ ਹੈ ਪੱਟੀ ਤੋੜ ਗਿਆ ਬਾਈ, ਖਿਡਾਰੀ ਖੇਡਦੇ ਮੈਦਾਨ ਦੇ ਅੰਦਰ ਬੱਲੇ ਬੱਲੇ ਖਿਡਾ ਰਿਹਾ, ਕਿਤੇ ਕਹਿੰਦੇ ਅੱਜ ਅਨਵਾਈਟਡ ਖੇਡ ਰਿਹਾ ਮੁੰਡਾ। ਮੈਂ ਵੀ ਸਰਸਾ ਨੋਇਡਾ ਦੀ ਟੀਮ ਨਹੀਂ ਆਈ ਬਾਈ, ਖੇਡੋ ਮੇਰਾ ਵੀਰ ਮੈਂ ਤੇ ਅਰਦਾਸ ਕਰਦਾ ਬਾਈ। ਕੈਮਰੇ ਦੇ ਸਾਹਮਣੇ ਹੈ ਬਾਬਾ ਕੋੜਾ, ਦੂਸਰੀ ਸਾਈਡ ਹੈ ਅੰਕਿਤ ਬਦਰੇਡੀ। ਸਰਵਿਸ ਕਰ ਲਓ ਮੇਰਾ ਵੀਰ, ਇੱਧਰ ਇੱਕ ਨੰਬਰ ਗਰਾਊਂਡ ਵੀ ਕਹਿੰਦੇ ਮਰਦਾੜੀ ਪਿੰਡ ਹੈ ਕਹਿੰਦੇ ਅੰਗਰੇਜ਼ ਦਾ, ਜਿਹਨੇ ਪਟਿਆਲੇ ਦੇ ਵਿੱਚ ਆਇਆ ਓਏ ਓਏ ਸਮੇਤੋਂ ਨਹੀਂ ਵਾਲ ਓਏ ਇਨਵਾਲ ਅੰਦਰ ਕਹਿੰਦੇ ਦੇਖੋ ਇਹਨੂੰ ਕਹਿੰਦੇ ਆ ਵੀ ਬਾਜੀ ਪੁੱਠੀ ਪੈ ਜਾਂਦੀ ਹੈ। ਨੰਬਰ ਕਹਿੰਦੇ ਜੁੜਦਾ ਸੀਗਾ ਬਾਬੇ ਦੀ ਟੀਮ ਦਾ, ਪਰ ਪ੍ਰੇਮ ਕਹਿੰਦੇ ਇੰਗਰੀ ਵਾਲਾ ਇੱਕ ਵੱਡਾ ਡਿਫੈਂਸ ਕਰ ਗਿਆ ਮੁੰਡਾ ਤੇ ਆਪਣੇ ਟੀਮ ਦੇ ਲਈ ਪੁਆਇੰਟ ਜੋੜ ਦਿੱਤਾ ਯਾਰ। ਇੱਕ ਵਾਰੀ ਤਾੜੀਆਂ ਮਾਰੋ, ਕਿਵੇਂ ਲੱਗਿਆ ਪ੍ਰੇਮ ਦਾ ਕੰਮ ਯਾਰ, ਬਹੁਤ ਤਕੜਾ ਡਿਫੈਂਸ ਮੁੰਡੇ ਨੇ ਕੀਤਾ ਤੇ ਬੱਲੇ ਬੱਲੇ ਹੋ ਰਹੀ ਹੈ ਖੇਡ ਦੇ ਮੈਦਾਨ ਦੇ ਅੰਦਰ ਮੈਚ ਕਿਹੜਾ ਖੇਡਿਆ ਜਾ ਰਿਹਾ ਹੈ। ਬਹੁਤ ਤਕੜੇ ਛੋਟੂ ਮਾਜਰਾ ਮਨੀਸ਼ ਮਟੋਰ ਮੈਂ ਆ ਜਾ ਜਿਹੜੀ ਹੋ ਚੁੱਕੀ ਆਪਾਂ ਕਹਿ ਸਕਦੇ ਹਾਂ
ਬੱਲੇ ਬੱਲੇ ਕਰਾ ਰਿਹਾ ਸੈਕਿੰਡ ਐਪੀਸੋਡ ਦੀਆਂ ਗੱਲਾਂ ਹੈ। ਅੰਕਿਤ ਕਰਦਾ ਟਰਾਈ ਹਾਲ ਸਾਹਮਣੇ ਬਾਬਾ ਤੇ ਅੰਕਿਤ ਦੀ ਇੱਕ ਵੱਡੀ ਟੱਕਰ ਹੈ ਮੇਰੇ ਵੀਰੋ ਖੇਡਦੇ ਮੈਦਾਨ ਦੇ ਅੰਦਰ। ਪਰ ਫੈਸਲੇ ਫੈਸਲੇ ਜਿਹੜੇ ਹੋਣੇ ਆ ਸਮੇਂ ਤੇ ਵੀ ਕਿਹੜੀ ਟੀਮ ਇੱਥੋਂ ਆਓ ਸੈਕਿੰਡ ਰਾਊਂਡ ਦੇ ਵਿੱਚ ਕੂਚ ਕਰਦੀ ਹੈ ਤੇ ਕਿਹੜੀ ਟੀਮ ਆਓ ਟਾਈਮ ਟਾਈਮ ਨਾਲ ਘਰੇ ਨੂੰ ਮੁੜ ਜਾਂਦੀ ਹੈ। ਇਹ ਫੈਸਲੇ ਜਿਹੜੇ ਹੋ ਜਾਣੇ ਆ ਮੇਰੇ ਵੀਰੇ ਆਓ ਜਿੱਤੇ ਹਾਰੇ ਬਿਨਾਂ ਫੈਸਲੇ ਅਧੂਰੇ ਰਹਿਣਗੇ। ਚੱਲਦੇ ਮੈਚਾਂ ਦੇ ਪਟਾਕੇ ਓਏ ਬਾਲ ਹੈ ਗੰਡਾਸੀ। ਹਾਂਜੀ ਹਾਂਜੀ ਮਾਜਰਾ ਆਇਆ ਨਵੀਂ ਐਨ ਕੇ ਬਾਈ ਸ਼ੇਅਰ ਕਰੀ ਚੱਲੋ ਰੱਬੇ ਸੱਤ ਹੀ ਲੱਗੇ ਨੇ ਪਰਦਾ ਜਿਹੜਾ ਗੱਲ ਸੱਚ ਕਹਿ ਗਿਆ ਹੈ ਅੱਜ ਪਤਾ ਲੱਗੇਗਾ ਵੀ ਬਰਸਿਕਰੀ ਦਾ ਕੱਪ ਜਿੱਤ ਕੇ ਕੌਣ ਲੈ ਗਿਆ। ਕਰਦੇ ਵੱਡੇ ਵਾਲਾ ਵੀ ਬਾਲ ਹੈ ਬਾਬਾ ਗੱਲ ਇਹ ਵੀ ਪਹਿਲੀ ਸੁਣ ਵੀਰ ਜਿਹੜੀ ਉੱਧਰ ਬਣਾ ਲੈਂਦਾ ਹੈ ਕਰਦੇ ਵੱਡੇ ਦੀ ਵੀਰ ਇਹਨੂੰ ਪੁੱਛਣਾ ਕਿਤੇ ਟਾਈਮ ਨਾਲ ਗੱਡੀਆਂ ਦੇ ਗੇਰ ਵਾਪ ਨਾ ਲਗਾ ਦੇ ਸਾਧ ਦੱਸ ਹੋ ਗਏ ਬਾਈ। ਹਾਂਜੀ ਹਾਂਜੀ ਅੰਕਿਤ ਦਾ ਮੈਚ ਚੱਲੀ ਜਾਂਦਾ ਬਾਈ ਬਾਕੀ ਬਾਕੀ ਇਹ ਨਹੀਂ ਕਹਿੰਦੇ ਟਾਈਮ ਨਾਲ ਗੱਡੀਆਂ ਦੇ ਸੁਭਮ ਬਾਈ ਹਾਂ ਬੈਗ ਨੂੰ ਘੱਟ ਨਾ ਚੌਧਰੀ ਇਹ ਨਹੀਂ ਕਹਿੰਦੇ ਤਿਆਰੀ ਫੜੀ ਬੈਠੇ ਇਧਰ ਇਹ ਆ ਗਿਆ ਅੰਕਿਤ ਇਨਵਾਲ ਸੰਜੀਵ ਸ਼ਰਮਾ ਕੋਇਰ ਹੈ ਬਾਈ ਸ਼ੇਅਰ ਜ਼ਰੂਰ ਕਰੀ ਚੱਲੋ ਸਮਾਜ ਸੇਵੀ ਜੀ ਉਹਨਾਂ ਵੱਲੋਂ 53 ਸੌ ਦੇ ਬਹੁਤ ਲੱਗੇ ਜਿਹੜੇ ਸੇਵੀ ਆਏ ਆ ਰਘਵੀਰ ਕਮਾਲਪੁਰ ਸਮਾਜ ਸੇਵੀ ਜੀ ਬਹੁਤ ਬਹੁਤ ਧੰਨਵਾਦ। ਆਓ ਵਾਕੇ ਜਲਦੀਆਂ ਕਰਾਈਆਂ ਤੋਂ ਧੰਨਵਾਦ ਕਰਦੇ ਹਾਂ ਬਹੁਤ ਵੱਡੀ ਕਹਿੰਦੇ ਰਾਸ਼ੀ ਜਿਹੜੀ ਵੱਡੀ ਹੋ ਗਈ ਹੈ ਸਾਹਮਣੇ ਧੱਕਾਂਗੇ ਖੇਡਦੇ ਮੈਦਾਨ ਦੇ ਅੰਦਰ ਓਏ ਹੋਏ ਡਿਫੈਂਸ ਲੱਗੀ ਹੈ ਸੋਹਣਾ ਜਰਾ ਭਾਈ ਇਸੀ ਲਾਈਵ ਪੇ ਚੱਲ ਰਿਹਾ ਅੰਕਿਤ ਕਾ ਮੈਚ ਸ਼ੁਭਮ ਬਾਈ ਅੰਕਿਤ ਕਾ ਕੈਮਰੇ ਕੇ ਨੈਟ ਕੀ ਦੂਸਰੀ ਸਾਈਡ ਅੰਕਿਤ ਕੀ ਟੀਮ ਕੈਮਰੇ ਕੇ ਸਾਹਮਣੇ ਬਾਬਾ ਲਾਣਾ ਸਾਥ ਮੇ ਬਾਬਾ ਕੋੜਾ ਸੈਂਟਰ ਮੇ ਬਾਈ ਦੂਸਰੀ ਸਾਈਡ ਇੰਦਰੀ ਕੀ ਟੀਮ ਮੇ ਅੰਕਿਤ ਬਦਰੇੜੀ ਖੇਲ ਰਿਹਾ ਸੈਂਟਰ ਮੇ ਮੱਥੇ ਚੋਟੀ ਚੋਟੀ ਦੇ ਪਲੇਅਰਾਂ ਨਾਲ ਲਾਉਣੇ ਪੈਂਦੇ ਆ ਅੱਜ ਕਦੇ ਬਸੂਕੜੀ ਦੀ ਧਰਤੀ ਤੇ ਆਓ ਚੋਟੀ ਚੋਟੀ ਦੇ ਪਲੇਅਰ ਜਿੱਥੇ ਪੁੱਜੇ ਹੋਏ ਆ ਅੱਜ ਕੇਥਲ ਦੀ ਆਓ ਜ਼ਿਲ੍ਹੇ ਦੀ ਕੱਤ ਹੁੰਦੀ ਆ ਬਾਈ ਦੀ ਬੱਸਾਂ ਆਨੰਦਗੜ੍ਹ ਦੀ ਟੀਮ ਆਨੰਦਗੜ੍ਹ ਦੀ ਟੀਮ ਆਈ ਦੀ ਲੋਨ ਦੀ ਟੀਮ ਤਿੰਨ ਨੰਬਰ ਗੇੜ ਦਵਾ ਦਾ ਜੀ ਤਿੰਨ ਨੰਬਰ ਗੇੜ ਮੈਂ ਆਦਾ ਬੱਸੇ ਲੋਨ ਦੀ ਛੋਟੂ ਦਾ ਮੈਚ ਅਜੇ ਨਹੀਂ ਹੈਗਾ ਲੇਟ ਹੈ ਮੈਚ ਥੋੜਾ ਬਾਈ ਛੋਟੂ ਦਾ ਨਿਰਮਾਨ ਕਰਦਾ ਬਾਬਾ ਕੋਲ ਓਕੇ ਓਕੇ ਸੁਭਮ ਬਾਈ ਸ਼ੇਅਰ ਜ਼ਰੂਰ ਕਰ ਦਿਆ ਕਰੋ ਬਾਈ ਆ ਮੈਚ ਜਿੱਤੀ ਹੈ ਇੱਕ ਲਾਈਵ ਜ਼ਰੂਰ ਦੱਸਿਓ ਬਾਈ ਕਿਵੇਂ ਚੱਲੀ ਜਾਂਦਾ ਕੁਲਦੀਪ ਆ ਗਿਆ ਕੁਲਦੀਪ ਸ਼ੇਅਰ ਕਰਦੇ ਖਿੱਚ ਕੇ ਕੁਲਦੀਪ ਜੰਦੂ ਦਨੋਤਾ ਦਨੋਤਾ ਦੀ ਟੀਮ ਜਿੱਤੀ ਹੈ ਜੀ ਉੱਧਰੋਂ ਤੇ ਦਨੋਤਾ ਦੀ ਟੀਮ ਦਾ ਆਖਰੀ ਬੈਟ ਦੇ ਦਿਓ ਲੈ ਵੀ ਕਹਿੰਦੇ ਇਸ ਮੈਚ ਦੇ ਚੱਲਦੇ ਦੇ ਵਿੱਚ ਮੁੰਡੇ ਕਿੱਤੀ ਵਾਲੇ ਲੀਡ ਬਣਾਈ ਖੜੇ ਆ ਪਰ ਜੇ ਬਾਬਾ ਕੋੜਾ ਲੀਡ ਪੱਟ ਕੇ ਮੈਚ ਜਿਤਾਉਂਦਾ ਤਾਂ ਚਿਰਾਗ ਸਾਡਾ ਵੀਰ ਯੂਐਸਏ ਵਾਲਾ ਪੱਤੇ ਮਾਨ ਕਰਦਾ ਵੀ 5100 ਦੀ ਨਗਦ ਰਾਸ਼ੀ ਦੇ ਨਾਲ ਪੱਤੇ ਮਾਨ ਸਨਮਾਨ ਕਰ ਦਿਆਂਗੇ ਬਾਬੇ ਕੋੜੇ ਦੇ। ਲੈ ਵੀ ਪੱਤੇ ਮਾਨ ਸਨਮਾਨ ਜਿਹੜੇ ਪੁੱਜਦੇ ਹੋ ਗਏ ਆ NRI ਭਰਾਵਾਂ ਵੱਲੋਂ ਜਿੱਥੋਂ ਮੈਚ ਪੱਟਦੀ ਹੈ ਬਹੁਤ ਵੱਡੇ ਮਾਨ ਸਨਮਾਨ ਜਿਹੜੇ ਹੋ ਰਹੇ ਆ ਕੁਲਦੀਪ ਸ਼ੇਅਰ ਕਰਦੇ ਖਿੱਚ ਕੇ ਜਿੰਨੇ ਗਰੁੱਪ ਹੈਗੇ ਆ ਵੱਡੀ ਜਾਂ ਉਧਰ ਦੇਖਾਂਗੇ ਬਾਲ ਜਿਹੜੀ ਨੈਟ ਟੱਚ ਹੋ ਕੇ ਫਾਉਲ ਜਿਹੜੀ ਹੋ ਚੁੱਕੀ ਹੈ ਕਿੰਨੇ ਕਿੰਨੇ ਹੋ ਗਏ ਜੀ ਬਾਈ ਜੋਧਪੁਰੀਆ ਨਹੀਂ ਆਇਆ 12 ਨੂੰ
ਅੰਕਿਤ ਬਦਰੇੜੀ ਇੰਦਰੀ ਦੇ ਟੀਮ ਦੇ ਸੱਤ ਨੰਬਰ ਹੈ ਪਾਪਾ ਦਾਣਾ ਵਰਗੀ ਟੀਮ ਗਰਾਊਂਡ ਦੇ ਆਈ ਜੀ ਨੰਦਗੜ ਦੀ ਟੀਮ ਗਰਾਊਂਡ ਦੇ ਰਹੀ ਦੋ ਨੰਬਰ ਗਰਾਊਂਡ ਦੇ ਅੰਦਰ ਵੀ ਬਹੁਤ ਤਕੜਾ ਮੈਚ ਜਿਹੜਾ ਖੇਡਿਆ ਜਾ ਰਿਹਾ ਹੈ। ਇਸ ਤੋਂ ਬਾਅਦ ਕਹਿੰਦੇ ਕਿੰਨੇ ਹੋ ਗਏ ਜੀ ਸਕੋਰ 14 ਹੋ ਗਏ ਜੀ ਸੁਰਿੰਦਰ ਬਾਈ ਬਹੁਤ ਵਧੀਆ ਤੁਸੀਂ ਦੱਸੋ ਮੈਨੂੰ ਲੱਗਦਾ ਵੀ ਗੱਡੀਆਂ ਬਣਾਉਣਗੇ ਇਹ ਗੱਲ ਪੱਕੀ ਹੈ ਅੱਜ ਤਿਆਰੀ ਤਿਆਰੀ ਫੜੀ ਬੈਠੇ ਆ ਮੁੰਡੇ ਲੈ ਵੀ ਬਾਬਿਆ ਤਿਆਰੀ ਫੜਨਾ ਰਹਿੰਦੇ ਸਮੇਂ ਦੇ ਵਿੱਚ ਹੋ ਕੁਝ ਨਹੀਂ ਸਕਦਾ ਇੱਥੋਂ ਵੀ ਟਾਈਮ ਲੱਗੂ ਬਾਈ ਦੋ ਟੀਮਾਂ ਆਈਆਂ ਨੇ ਆਇਆ ਤੇ ਬਾਕੀ ਦੱਸਦੇ ਆ ਕਿਹੜੇ ਕਿਹੜੇ ਸੈੱਟ ਆਏ ਆ ਬਰਸੀਕਰੀਏ ਲੋਨ ਦਾ ਮੈਚ ਅਭੀ ਸਟਾਰਟ ਨਹੀਂ ਹੋਇਆ ਬਾਈ ਹਰਿਆਣਾ ਸਪੋਰਟ ਸ਼ੂਟਿੰਗ ਵਾਲੀਬਾਲ ਪੇ ਹੋਗਾ ਬਾਈ ਬਰਸੀਕਰੀ ਦੀ ਟੀਮ ਦੇ ਲਈ ਆਜ ਖੇਲੇਗਾ ਤਾਦਰਗੜ ਦਾ ਰਵੀ ਨਿੱਕੀ ਖਿਡਵਾਲੀ ਨਹੀਂ ਆਇਆ ਬਾਈ ਸਾਗਰ ਇੰਦੌਰਾ ਦੋ ਨੰਬਰ ਗਰਾਊਂਡ ਦੇ ਅੰਦਰ ਆਏ ਨੀ ਕਹਿੰਦੇ ਬਹੁਤ ਤਕੜਾ ਮੈਚ ਜਿਹੜਾ ਖੇਡਿਆ ਜਾ ਰਿਹਾ ਹੈ ਦਰਸ਼ਕ ਲਾਵੀ ਪੱਤੇ ਬਾਲ ਫੜ ਲੈ ਮੇਰਾ ਵੀਰ ਪੱਤੇ ਦੀ ਬਾਲ ਰੋਕ ਲੈ ਮੇਰਾ ਵੀਰ ਮੈਨ ਖੇਡ ਲੋ ਜੀ ਵਾਹ ਜੀ ਵਾਹ
ਲੈ ਵੀ ਤੱਤੀ ਮੈਨੂੰ ਲੱਗਦਾ ਵੀ ਜਦੋਂ ਚਾਰ ਵਜੇ ਜਾਣਾ ਸੁਣ ਕੀਤਾ ਵੀ ਲਾਲੀ ਕਿੱਥੇ ਨੇ ਆਪਣੇ ਰੰਗੇ ਖਿਡਾਰੀ ਆ ਗਏ ਰੈਫਰੀ ਦੇਗਾ ਬਾਈ ਜੀ ਦਨੋਦੇ ਦੀ ਟੀਮ ਜਿੱਤੀ ਸੀ ਰੈਫਰੀ ਲੱਗੇ ਮੇਰਾ ਵੀ ਦਨੋਦੇ ਦੀ ਟੀਮ ਦਾ ਬਾਈ ਜੀ ਦਨੋਦੇ ਦੀ ਟੀਮ ਦਾ ਰੈਫਰੀ ਸ਼ੇਰੂ ਨਹੀਂ ਆਇਆ ਬਾਈ ਨੀਸ਼ੂ ਦੇਸਵਾਲ ਸੋਨੂ ਮਲਿਕ ਸੁਲਚੈਨ ਦੇਸਵਾਲ ਦੇ ਨਾਲ ਸਾਗਰ ਦੇਸਵਾਲ ਧੰਨਵਾਦ ਅੱਜ ਗੱਡੀ ਮਿਲੇ ਲਈ ਬਹੁਤ ਬਹੁਤ ਧੰਨਵਾਦ ਇਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਮੈਨੂੰ ਰੱਖੀ ਬਾਈ ਇਕੱਤੀ ਤੇ ਤੇਰਾਂ ਮਿੰਟ ਕਿਉਂ ਕਰਾਵਾਂਗੇ ਜਿਹੜੇ ਹਿਸਾਬ ਨਾਲ ਟੀਮਾਂ ਆਉਂਦੀਆਂ ਲਾਸਟ ਪੁਆਇੰਟ ਆ ਗਿਆ ਬਾਈ ਅੰਕਿਤ ਪਥਰੇੜੀ ਦੀ ਟੀਮ ਦਾ ਰਵੀ।